खन्ना न्यूज़ लाइव देख रहे दर्शकों का स्वागत है। खन्ना के नेड़ले पिंड दहड़ू विच एक मदभागी घटना सामने आई। मिली जानकारी अनुसार दहड़ू वासी रजिंदर पाल सिंह ने कई साल पहला 500 मज्जां अते गावां नाल अपना डेयरी फार्म शुरू किया सी, परंतु कुछ दिन पहला एक नामी फीड निर्माता वालों वरती फीड कारण किसान दियां 32 के करीब ताज़ा सूईयां अते गब्बण मज्जां की एकदम मौत हो गई अते उसका 55 लाख के करीब नुकसान हो गया है। प्राप्त जानकारी अनुसार वैटनरी डॉक्टर आदर्शपाल सिंह की टीम वालों बाकी पशुओं का भी इलाज किया जा रहा है। मुढ़ली छानबीन विच डॉक्टर ने दस्या है कि फीड विच कुछ जहरीले तत् ज़्यादा होने कारण इन पशुओं की मौत हो गई है ते बाकियों नू ठीक किया जा रहा है। फीड के सैंपल टैसट लई भेजे गए हैं अते मरे पशुओं की पोस्टमार्टम रिपोर्ट आनी बाकी है। ਮੱਝਾਂ ਆਪਣੇ ਤਕਰੀਬਨ ਇੱਕ ਆ ਜਿਹੜੇ ਹੁਣ ਮੰਤਰੀ ਸਾਹਿਬ ਆਏ ਤੇ ਇਹਨਾਂ ਦੇ ਸਾਹਮਣੇ ਜਿਹੜੀ ਮਰੀ ਆ ਉਹਨੂੰ ਮਿਲਾ ਕੇ 37 ਹੋ ਗਏ ਐਨੀਮਲ ਆਪਣੇ। ਕਿਵੇਂ ਇੱਕ ਤਰੀਕ ਨੂੰ ਬੇਰ ਕੇ ਇੱਕ ਨਵੀਂ ਫੀਡ ਆਈ ਸੀ ਪ੍ਰੀਮੀਅਮ, ਉਹ ਅਸੀਂ ਇੱਕ ਟਾਈਮ ਪਾਈ ਸੀਗੀ 1 ਤਰੀਕ ਨੂੰ ਸ਼ਾਮ ਨੂੰ। 2 ਤਰੀਕ ਨੂੰ ਇਹ ਸਾਰੇ ਜਾਨਵਰ ਮੱਝਾਂ ਵੀ ਕੁਛ ਗਾਵਾਂ ਰੁਕ ਗਈਆਂ, ਗਾਵਾਂ ਬਚ ਗਈਆਂ, ਲੇਕਿਨ ਮੱਝਾਂ ਦਾ ਜੇ ਕੋਈ ਹੱਲ ਨਹੀਂ ਲੱਭਿਆ ਇਹਨਾਂ ਦਾ ਵੀ ਕੀ ਬਿਮਾਰੀ ਆ ਕਿਹਦੇ ਨਾਲ ਮਰ ਰਹੀਆਂ ਨੇ। ਡਾਕਟਰਾਂ ਦੀ ਟੀਮ ਦਿਨ ਰਾਤ ਇੱਥੇ ਸਾਡੇ ਕੋਲ ਜਿਹੜੇ ਹੈਗੇ ਡਾਕਟਰ ਦਿਨ ਰਾਤ ਕਰ ਰਹੇ ਨੇ ਇਲਾਜ, ਉਹਨੇ ਕਮੀ ਕੋਈ ਨਹੀਂ, ਡਾਕਟਰ ਵੱਲੋਂ ਕੋਈ ਕਮੀ ਨਹੀਂ ਇਹੋ ਜਿਹੀ ਵੀ ਉਹ ਅਣਗਹਿਲੀ ਕਰ ਰਹੇ ਨੇ ਅਤੇ ਬਲਕਿ ਸਾਡੀ ਸੋਚ ਤੋਂ ਜ਼ਿਆਦਾ ਕਰ ਰਹੇ ਨੇ ਉਹ। ਦੇਖੋ ਮੰਤਰੀ ਸਾਹਿਬ ਨੇ ਕਹਿੰਦੇ ਵੀ ਜਿੰਨੀ ਵੀ ਮੇਰੇ ਕੋਲੋਂ ਵੱਧ ਤੋਂ ਵੱਧ ਸਪੋਰਟ ਹੋਊ ਵੀ ਮੈਂ ਕਰਾਂਗਾ, ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਵੀ ਸਰਕਾਰ ਖੜੀ ਆ, ਵੀ CM ਸਾਹਿਬ ਨਾਲ ਮੈਂ ਇਹਦੇ ਬਾਰੇ ਗੱਲ ਜ਼ਰੂਰ ਕਰਾਂਗਾ ਜੀ। ਪੋਸਟਮਾਰਟਮ ਵਗੈਰਾ ਚੱਲ ਰਿਹਾ, ਸੋ ਮਹਿਕਮਾ ਆਪਣੀ ਸਾਰੀ ਰਿਸਰਚ ਕਰਕੇ ਫਿਰ ਕਾਜ਼ ਆਫ ਡੈਥ ਦੇਵੇਗਾ, ਪਰ ਬੜਾ ਅਨਫੋਰਚੁਨੇਟ ਆ ਕਿ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਵਾ। ਸੋ CM ਸਾਹਿਬ ਨਾਲ ਗੱਲ ਕੀਤੀ ਜਾਵੇਗੀ, ਉਹਨਾਂ ਦੇ ਮੁਤਾਬਕ ਜੋ ਫੈਸਲਾ ਹੋਏਗਾ ਉਹ ਫਿਰ ਉਹਦੇ ਮੁਤਾਬਕ ਇਹਨਾਂ ਨਾਲ ਗੱਲ ਗਾਂ ਕਿਵੇਂ ਕਰਾਂਗੇ। ਇਹਦਾ ਫੀਡ ਦੀ ਗੱਲ ਹੈ ਜਾਂ ਚਾਰੇ ਦੀ ਗੱਲ ਹੈ, ਇਹ ਤਾਂ ਕਾਜ਼ ਆਫ ਡੈਥ ਜੇ ਕੋਈ ਪੋਸਟਮਾਰਟਮ ਤੋਂ ਪਿੱਛੋਂ ਆਏਗਾ ਸਾਹਮਣੇ, ਉਹਦੇ ਮੁਤਾਬਕ ਐਕਸ਼ਨ ਰਿਐਕਸ਼ਨ ਹੋਊਗਾ। ਮੈਂ ਆਫ ਹੈਂਡ ਕੁਛ ਨਹੀਂ ਕਹਿ ਸਕਾਂ, ਜੇ ਕਾਜ਼ ਆਫ ਡੈਥ ਪਤਾ ਲੱਗੇ ਉਹਦੇ ਮੁਤਾਬਕ ਫਿਰ ਸੋਚਿਆ ਜਾਏਗਾ ਅਤੇ ਐਕਸ਼ਨ ਕੀਤਾ ਜਾਏਗਾ।